ਡਾਕਟਰ ਪਰਮੋਦ ਸ਼ੰਕਰ ਸੋਨੇ ਦੀ ਪੁਸਤਕ ਡਿਪਰੈਸ਼ਨ ਤੋਂ ਛੁਟਕਾਰਾਤਾ ਅਗਲਾ ਹਿੱਸਾ ਆਓ ਹੁਣ ਅਸੀਂ ਮੇਜਰ ਡਿਪਰੈਸ਼ਨ ਤੇ ਉਹਦੀਆਂ ਕਿਸਮਾਂ ਨੂੰ ਕੁਝ ਵਿਸਥਾਰ ਚ ਜਾਣਦੇ ਹਾਂ ਤਾਂ ਕਿ ਅਸੀਂ ਉਹਨਾਂ ਲੋਕਾਂ ਦੀ ਵੀ ਪਛਾਣ ਕਰ ਸਕੀਏ ਜੋ ਕਿਸੇ ਨਾ ਕਿਸੇ ਰੂਪ ਵਿੱਚ ਡਿਪਰੈਸ਼ਨ ਜਾਂ ਉਦਾਸੀ ਨਾਲ ਪੀੜਤ ਹਨ ਜਨ ਦੁੱਖ ਦੀ ਚਾਦਰ ਤਾਣੀ ਨਰਕ ਵਰਗੀ ਜ਼ਿੰਦਗੀ ਜੀ ਰਹੇ ਹਨ ਮੇਜਰ ਡਿਪਰੈਸ਼ਨ ਦੇ ਡਿਸਆਰਡਰ ਦੀਆਂ ਹੋਰ ਕਿਸਮਾਂ ਪਹਿਲਾ ਡਿਪਰੈਸ਼ਨ ਵਿਦ ਸਾਈਕੋਟਿਕ ਫੀਚਰ ਦੂਸਰਾ ਡਿਪਰੈਸ਼ਨ ਵਿਦ ਮੈਲਨਕੋਲਿਕ ਫੀਚਰ ਤੀਸਰਾ ਡਿਪਰੈਸ਼ਨ ਵਿਦ ਐਂਟੀਪਿਕਲ ਫੀਚਰ ਚੌਥਾ ਪੋਸਟ ਪਾਟਮ ਡਿਪਰੈਸ਼ਨ ਪੰਜਵਾਂ ਡਿਸਥਾਈਮਿਕ ਡਿਸਆਰਡਰ ਡਿਪਰੈਸ਼ਨ ਵਿਦ ਸਾਈਕੋਟਿਕ ਫੀਚਰ ਪਹਿਲਾ ਡਿਪਰੈਸ਼ਨ ਦੀ ਇਹ ਕਿਸਮ ਸਭ ਤੋਂ ਗੰਭੀਰ ਤੇ ਖਤਰਨਾਕ ਤਰ੍ਹਾਂ ਦੀ ਹੁੰਦੀ ਹੈ ਕਿਉਂਕਿ ਇਸ ਤਰ੍ਹਾਂ ਦੇ ਡਿਪਰੈਸ਼ਨ ਵਿੱਚ ਸਭ ਤੋਂ ਵੱਧ ਆਤਮ ਹੱਤਿਆਵਾਂ ਐਗਰੈਸਿਵ ਬਿਹੇਵੀਅਰ ਪੈਟਰਨ ਤੇ ਰੋਗੀ ਨੂੰ ਹਸਪਤਾਲ ਚ ਭਰਤੀ ਕਰਵਾਉਣ ਦੀ ਲੋੜ ਹੁੰਦੀ ਹੈ ਸਾਈਕੋਟਿਕ ਡਿਪਰੈਸ਼ਨ ਵਿੱਚ ਪੀੜਤ ਵਿਅਕਤੀ ਦਾ ਸਬੰਧ ਰਿਐਲਿਟੀ ਜਾਂ ਯਥਾਰਥ ਨਾਲੋਂ ਵੱਖ ਹੋ ਸਕਦਾ ਹੈ ਡਿਪਰੈਸ਼ਨ ਦੀ ਇਸ ਸਥਿਤੀ 'ਚ ਬਹੁਤ ਜ਼ਿਆਦਾ ਸੰਭਾਵਨਾ ਹੁੰਦੀ ਹੈ ਕਿ ਰੋਗੀ ਨੂੰ ਦੀ ਡਿੱਗਦੀ ਹੋਈ ਜਾਂ ਖਰਾਬ ਹੁੰਦੀ ਹੋਈ ਅਵਸਥਾ ਦਾ ਪਤਾ ਵੀ ਨਾ ਹੋਵੇ ਅਰਥਾਤ ਉਹਦਾ ਕੌਗਨੀਟਿਵ ਬਿਹੇਵੀਅਰ ਇੰਪੇਅਰਡ ਹੋ ਜਾਵੇ ਡਿਲੀਊਜ਼ਨ ਹਲੂਸਿਨੇਸ਼ਨ ਅਰਥਾਤ ਪਰਮ ਦੀ ਸਥਿਤੀ ਹੋਣੀ ਸਾਈਕੋਟਿਕ ਡਿਪਰੈਸ਼ਨ ਦੇ ਸਧਾਰਨ ਲੱਛਣ ਹੋ ਸਕਦੇ ਹਨ ਖਾਸ ਤੌਰ ਤੇ ਇਸ ਤਰ੍ਹਾਂ ਦੇ ਡਿਲੀਊਜ਼ਨ ਤੇ ਹਲੂਸਿਨੇਸ਼ਨ ਖੁਦ ਦੇ ਪ੍ਰਤੀ ਨਕਾਰਾਤਮਕ ਭਾਵਨਾਵਾਂ ਮਨਨ ਪਰੇ ਹੁੰਦੇ ਹਨ ਇਸ ਨਾਲ ਪੀੜਤ ਵਿਅਕਤੀ ਇਹ ਮੰਨ ਬੈਠਦੇ ਹਨ ਕਿ ਸੰਸਾਰ ਦੇ ਸਾਰੇ ਗਲਤ ਕੰਮਾਂ ਦੇ ਲਈ ਉਹ ਕੋ ਦੇ ਜ਼ਿੰਮੇਵਾਰ ਹਨ ਉਹਨਾਂ ਨੂੰ ਨਕਾਰਾਤਮਕ ਦੇ ਕਾਲਪਨਿਕ ਆਵਾਜ਼ਾਂ ਸੁਣਾਈ ਦੇਣ ਜਾਂ ਕੁਝ ਦਿਖਾਈ ਦੇਣ ਜੋ ਹੋਰ ਕਿਸੇ ਵਿਅਕਤੀ ਨੂੰ ਸੁਣਾਈ ਜਾਂ ਦਿਖਾਈ ਨਹੀਂ ਦਿੰਦਾ ਹੋਵੇ ਵਰਗਾ ਭਰਮ ਹੋ ਸਕਦਾ ਹੈ। ਉਹਨੂੰ ਅਜਿਹਾ ਮਹਿਸੂਸ ਹੋ ਸਕਦਾ ਹੈ ਕਿ ਕੋਈ ਉਹਨੂੰ ਉਹਦਾ ਨਾਮ ਲੈ ਕੇ ਬੁਲਾ ਰਿਹਾ ਹੈ। ਅਰਥਾਤ ਕੋਈ ਦੇਵੀ ਸ਼ਕਤੀ ਉਹਨੂੰ ਆਦੇਸ਼ ਦੇ ਰਹੀ ਹੈ ਕਿ ਉਹਦਾ ਮਰ ਜਾਣਾ ਜਾਂ ਸਾਹਮਣੇ ਵਾਲੇ ਨੂੰ ਮਾਰ ਦੇਣਾ ਹੀ ਬਿਹਤਰ ਹੈ। ਇੱਕ ਹੋਰ ਗੰਭੀਰ ਮਾਨਸਿਕ ਰੋਗ ਸਿਕਜ਼ੋਫਰੇਨੀਆ ਦੇ ਵਿੱਚ ਵੀ ਰੋਗੀ ਨੂੰ ਕੁਝ ਅਜੀਬ ਅਹਿਸਾਸ ਹੁੰਦਾ ਹੈ ਤੇ ਰੋਗੀ ਅਣਜਾਨ ਲੋਕਾਂ ਤੋਂ ਆਉਣ ਵਾਲੀਆਂ ਆਵਾਜ਼ਾਂ ਸੁਣ ਕੇ ਉਸ ਤੇ ਪੂਰਾ ਭਰੋਸਾ ਕਰਨ ਲੱਗ ਜਾਂਦਾ ਹੈ ਸਾਈਕੋਟਿਕ ਡਿਪਰੈਸ਼ਨ ਨਾਲ ਪੀੜਤ ਕੁਝ ਤਰ੍ਹਾਂ ਦੇ ਰੋਗੀ ਨਹਾਉਣ ਜਾਂ ਆਪਣੇ ਸਰੀਰ ਦੀ ਸਾਫ ਸਫਾਈ ਦੇ ਪ੍ਰਤੀ ਵੀ ਲਾਪਰਵਾਹ ਹੋ ਸਕਦੇ ਹਨ ਸਾਈਕੋਟਿਕ ਫੀਚਰਸ ਦੇ ਡਿਪਰੈਸ਼ਨ ਨਾਲ ਪੀੜਤ ਰੋਗੀ ਦੇ ਨਾਲ ਇਹ ਸ਼ੱਕ ਪਨਪਦਾ ਹੋਇਆ ਹੈ ਕਿ ਉਹ ਖੁਦ ਨੂੰ ਜਾਂ ਕਿਸੇ ਦੂਸਰੇ ਵਿਅਕਤੀ ਨੂੰ ਆਪਣੇ ਵਿਚਾਰਾਂ ਨਾਲ ਪ੍ਰਭਾਵਿਤ ਹੋ ਕੇ ਨੁਕਸਾਨ ਪਹੁੰਚਾ ਦੇਵੇ ਇਸ ਤਰ੍ਹਾਂ ਦੇਖਿਆ ਜਾਏ ਤਾਂ ਸਾਈਕੋਟਿਕ ਡਿਪਰੈਸ਼ਨ ਕੁਲ ਮਿਲਾ ਕੇ ਪਰਮ ਨਕਾਰਾਤਮਕ ਵਿਚਾਰ ਆਤਮ ਵਿਸ਼ਵਾਸ ਤੇ ਖੁਦ ਦੇ ਨਿਰੀਖਣ ਦਾ ਗੁੰਮ ਹੋ ਜਾਣਾ ਤੇ ਬੁਰੇ ਵਿਚਾਰਾਂ ਦੇ ਇਕੱਠ ਦਾ ਇਹ ਕੈਸਾ ਮਿਸ਼ਰਣ ਹੁੰਦਾ ਹੈ ਜਿਹਦਾ ਤੁਰੰਤ ਇਲਾਜ ਅਤ ਜ਼ਰੂਰੀ ਹੋ ਜਾਂਦਾ ਹੈ ਇਥੇ ਮੈਂ ਇੰਡੀਅਨ ਆਮੀ ਦੇ ਇੱਕ ਨੌਜਵਾਨ ਅਧਿਕਾਰੀ ਦੀ ਸੱਚੀ ਉਦਾਹਰਣ ਦੇਣੀ ਚਾਹੁੰਦਾ ਜੋ ਕਈ ਕਾਰਨਾਂ ਨਾਲ ਸਾਈਕੋਟਿਕ ਡਿਪਰੈਸ਼ਨ ਦਾ ਸ਼ਿਕਾਰ ਹੋ ਗਿਆ ਸੀ। અત્યੰਤ ਸੰਵੇਦਨਸ਼ੀਲ ਤੇ ਪਰਿਵਾਰ ਦਾ ਖਿਆਲ ਰੱਖਣ ਵਾਲਾ ਯੋਗ ਬੇਟਾ ਕਰਨ ਬਹੁਤ ਹੀ ਪ੍ਰਤਿਭਾਸ਼ਾਲੀ ਸੀ। ਆਪਣੀ ਸੰਪੂਰਨ ਸਕੂਲਿੰਗ ਤੇ ਕਾਲਜ ਦੇ ਦਿਨਾਂ 'ਚ ਹਮੇਸ਼ਾ ਪਹਿਲੀਆਂ ਸ਼੍ਰੇਣੀਆਂ ਚ ਆਉਣ ਵਾਲਾ ਵਿਦਿਆਰਥੀ ਕਰਨ ਸੀਡੀਐਸ ਤੋਂ ਚੁਣੇ ਜਾਣ ਤੋਂ ਬਾਅਦ ਭਾਰਤੀ ਥਲ ਸੈਨਾ 'ਚ ਕਮਿਸ਼ਨਡ ਹੋ ਗਿਆ। ਅਜੇ ਉਹਨੂੰ ਨੌਕਰੀ ਕਰਦੇ ਕੁਛੀ ਸਮਾਂ ਹੋਇਆ ਸੀ ਕਿ ਪਤਾ ਨਹੀਂ ਕਿਉਂ ਦਾ ਮਨ ਆਮੀ ਤੋ ਚਾਟ ਹੋ ਗਿਆ ਤੇ ਬਿਨਾ ਕਿਸੇ ਸੂਚਨਾ ਦੇ ਫੌਜ ਤੋਂ ਭੱਜ ਆਇਆ ਕਿਉਂਕਿ ਬਿਨਾ ਕਿਸੇ ਠੋਸ ਕਾਰਨ ਤੇ ਸਮਾਂ ਪੂਰਾ ਕੀਤੇ ਆ ਗਿਆ ਸੀ ਇਸ ਲਈ ਉਹਨੂੰ ਫਰਾਰ ਘੋਸ਼ਿਤ ਕਰਕੇ ਉਹਦੇ ਖਿਲਾਫ ਵਾਰੰਟ ਜਾਰੀ ਹੋ ਗਿਆ ਗ੍ਰਿਫਤਾਰੀ ਦੇ ਡਰ ਨਾਲ ਕਬਰਾ ਕੇ ਕਰਨ ਦੇ ਮਾਤਾ ਪਿਤਾ ਨੇ ਉਹਨੂੰ ਇੱਕ ਕਮਰੇ 'ਚ ਬੰਦ ਕਰ ਦਿੱਤਾ ਤੇ ਬਾਹਰਲੀ ਦੁਨੀਆ ਨਾਲ ਉਹਦਾ ਸੰਪਰਕ ਬੰਦ ਕਰ ਦਿੱਤਾ ਕਈ ਮਹੀਨਿਆਂ ਤੱਕ ਇੱਕ ਬੰਦ ਹਨੇਰੇ ਕਮਰੇ 'ਚ ਲਗਾਤਾਰ ਆਪਣੇ ਆਪ ਨੂੰ ਸੀਮਤ ਰੱਖਣ ਤੇ ਫੌਜ ਦੁਆਰਾ ਗ੍ਰਿਫਤਾਰ ਹੋਣ ਦੇ ਡਰ ਦੇ ਡਰ ਨੇ ਕਰਨ ਨੂੰ ਮਾਨਸਿਕ ਰੂਪ ਚ ਬੁਰੀ ਤਰ੍ਹਾਂ ਤੋੜ ਦਿੱਤਾ। ਉਹਨੇ ਆਪਣੇ ਆਪ ਨੂੰ ਸਿਗਰਟ ਦਾ ਬੁਰੀ ਤਰ੍ਹਾਂ ਨਾਲ ਆਦੀ ਬਣਾ ਲਿਆ। ਹੌਲੀ-ਹੌਲੀ ਉਹਦੀ ਮਾਨਸਿਕ ਸਥਿਤੀ ਇੰਨੀ ਖਰਾਬ ਹੋ ਗਈ ਕਿ ਉਹਨੇ ਵਿਅਕਤੀਗਤ ਸਾਫ ਸਫਾਈ ਤੇ ਵੀ ਧਿਆਨ ਦੇਣਾ ਬੰਦ ਕਰ ਦਿੱਤਾ। ਲਗਾਤਾਰ ਗੁੰਮਸਮਰੇ ਕੇ ਟਿਕਟੇ ਕੀ ਲਾਕੇ ਵੇਖਦਾ ਰਹਿੰਦਾ। ਉਹਦੇ ਮਾਤਾ-ਪਿਤਾ ਤੋਂ ਕਰਨ ਦੀ ਇਹ ਸਥਿਤੀ ਵੇਖੀ ਨਹੀਂ ਜਾ ਰਹੀ ਸੀ। ਪਰ ਮੁਜਬੂਰ ਸੀ ਅੰਤ ਵਿੱਚ ਜਦੋਂ ਹਾਲਾਤ ਬਹੁਤ ਜ਼ਿਆਦਾ ਵਿਗੜ ਗਏ ਤੋਨਾ ਨੇ ਇਸ ਦੀ ਸੂਚਨਾ ਆਰਮੀ ਦੇ ਸਬੰਧਤ ਕੋਰਚ ਦੇ ਦਿੱਤੀ ਜਿਨ੍ਹਾਂ ਨੇ ਕਰਨ ਨੂੰ ਤੁਰੰਤ ਡਾਕਟਰੀ ਸਹਾਇਤਾ ਉਪਲਬਧ ਕਰਵਾਈ ਤੇ ਕੁਝ ਕਾਰਵਾਈ ਤੋਂ ਪੁੱਛੋਂ ਮੈਡੀਕਲ ਗਰਾਊਂਡ ਤੇ ਉਹਨੂੰ ਛੱਡ ਦਿੱਤਾ ਗਿਆ ਇਸ ਤਰ੍ਹਾਂ ਦੇ ਸਾਈਕੋਟਿਕ ਡਿਪਰੈਸ਼ਨ ਦੇ ਇਲਾਜ ਲਈ ਮਨੋਰੋਗਾਂ ਦੇ ਡਾਕਟਰ ਐਂਟੀ ਸਾਈਕੋਟਿਕ ਤੇ ਐਂਟੀ ਡਿਪਰੈਸ਼ਨ ਦਵਾਈਆਂ ਦਾ ਸੰਯੁਕਤ ਪ੍ਰਯੋਗ ਕਰਦੇ ਹਨ ਜਦੋਂ ਦਵਾਈਆਂ ਦੇ ਵਰਤੋਂ ਨਾਲ ਰੋਗੀ ਨੂੰ ਜਲਦੀ ਲਾਭ ਨਹੀਂ ਪਹੁੰਚਦਾ ਤਾਂ ਰੋਗੀ ਦੀ ਸਥਿਤੀ ਨੂੰ ਦੇਖਦੇ ਹੋਏ ਉਹਨੂੰ ਹਸਪਤਾਲ 'ਚ ਭਰਤੀ ਕਰਵਾਇਆ ਜਾਂਦਾ ਹੈ ਇਸ ਦੇ ਬਾਵਜੂਦ ਜਦੋਂ ਲੰਮੇ ਸਮੇਂ ਤੱਕ ਵੱਖ-ਵੱਖ ਦਵਾਈ ਕਾਰਗਰ ਨਹੀਂ ਹੁੰਦੀ ਤਾਂ ਜ਼ਰੂਰਤ ਪੈਣ ਤੇ ਉਹਨੂੰ ਇਲੈਕਟ੍ਰੋ ਕਮਲ ਸਿਥੈਰਪੀ ECT ਵੀ ਦਿੱਤੀ ਜਾਂਦੀ ਹੈ ਹਾਲਾਂਕਿ ECT ਦਾ ਪ੍ਰਯੋਗ ਉਸ ਸਮੇਂ ਕੀਤਾ ਜਾਂਦਾ ਜਦੋਂ ਇਲਾਜ ਦੀਆਂ ਹੋਰ ਪੈਥੀਆਂ ਕਾਰਗਰ ਨਾ ਹੋ ਰਹੀਆਂ ਹੋਣ ਲਗਭਗ 95% ਰੋਗੀਆਂ ਜੀ ECT ਨਾਲ ਤੁਰੰਤ ਲਾਭ ਮਿਲ ਜਾਂਦਾ ਹੈ ਤੇ ਰੋਗੀ ਤੁਰੰਤ ਸਥਾਰਨ ਸਥਿਤੀ ਚ ਆ ਜਾਂਦਾ ਹੈ ਇਸ ਤੋਂ ਪਿੱਛੋਂ ਦਵਾਈਆਂ ਦੀ ਲਗਾਤਾਰ ਵਰਤੋਂ ਨਾਲ ਰੋਗੀ ਪੂਰਨ ਤੌਰ ਤੇ ਸਿਹਤਮੰਦ ਹੋ ਕੇ ਆਪਣਾ ਸੁਧਾਰਨ ਜੀਵਨ ਬਤੀਤ ਕਰ ਸਕਦਾ ਹੈ ਡਿਪਰੈਸ਼ਨ ਵਿਦ ਮੈਲੈਂਕੋਲਿਕ ਫੀਚਰ ਇਹ ਦੂਸਰਾ ਡਿਪਰੈਸ਼ਨ ਹੈ ਇਸ ਤਰ੍ਹਾਂ ਦੇ ਡਿਪਰੈਸ਼ਨ ਦੀ ਚਰਚਾ ਸਭ ਤੋਂ ਵੱਧ ਕੀਤੀ ਜਾਂਦੀ ਹੈ ਇਸ ਤਰ੍ਹਾਂ ਦਾ ਡਿਪਰੈਸ਼ਨ ਵੀ ਗੰਭੀਰ ਤਰ੍ਹਾਂ ਦੀ ਸ਼੍ਰੇਣੀ 'ਚ ਆਉਂਦਾ ਹੈ ਜਿਸ 'ਚ ਰੋਗੀ ਖੁਦ ਨੂੰ ਆਪਣੇ ਆਪ ਵਿੱਚ ਸਮੇਟ ਲੈਂਦਾ ਹੈ। ਉਹਦੇ ਲਈ ਦੁਨੀਆ ਦੀਆਂ ਸਾਰੀਆਂ ਖੁਸ਼ੀਆਂ ਬੇਅਰਥ ਹੋ ਜਾਂਦੀਆਂ। ਮਤਲਬ ਕਿ ਵੱਡੀ ਤੋਂ ਵੱਡੀ ਖੁਸ਼ੀ ਵੀ ਉਹਦੇ ਲਈ ਕੋਈ ਅਰਥ ਨਹੀਂ ਰੱਖਦੀ। ਉਹਦੀ ਭੁੱਖ ਗੁੰਮ ਜੀ ਹੋ ਜਾਂਦੀ ਹੈ, ਵਜ਼ਨ ਹੱਥ ਤੋਂ ਵੱਧ ਘਟ ਜਾਣਾ, ਨੀਂਦ ਉੱਡ ਜਾਣੀ ਇਹਦੇ ਹੋਰ ਮੁੱਖ ਲੱਛਣ ਹੋ ਸਕਦੇ ਆ। ਰੋਗੀ ਸ਼ਿਕਾਇਤ ਕਰਦਾ ਹੈ ਕਿ ਦਿਮਾਗ ਦੇ ਨਾਲ-ਨਾਲ ਉਹਦਾ ਸਰੀਰ ਵੀ ਜਵਾਬ ਦੇ ਰਿਹਾ ਹੈ। ਤੋ ਕਿਸੇ ਕੰਮ ਦੇ ਲਾਇਕ ਨਹੀਂ ਰਿਹਾ ਕੁਝ ਰੋਗੀ ਤਾਂ ਇਸ ਅਵਸਥਾ 'ਚ ਪਹੁੰਚ ਜਾਂਦੇ ਆ ਕਿ ਉਹਨਾਂ ਦੇ ਰੋਜ਼ਾਨਾ ਜੀਵਨ ਦੇ ਕਿਰਿਆ ਕਰਮ ਜਿਵੇਂ ਨਹਾਉਣਾ ਕੱਪੜੇ ਪਹਿਨਣਾ ਖਾਣਾ ਪੀਣਾ ਵੀ ਅਸੰਭਵ ਹੋ ਜਾਂਦਾ ਹੈ ਉਹ ਸਾਰਾ ਸਾਰਾ ਦਿਨ ਬਿਸਤਰੇ ਤੇ ਪਿਆ ਉਸ ਅਵਸਥਾ 'ਚ ਪਾਸੇ ਮਾਰਦਾ ਰਹਿੰਦਾ ਹੈ ਉਹਦਾ ਇਸ ਤਰ੍ਹਾਂ ਬਿਨਾਂ ਖਾਦੇ ਪੀਤੇ ਪਏ ਰਹਿਣਾ ਵੀ ਮੈਡੀਕਲ ਐਮਰਜੈਂਸੀ ਦੀ ਮੰਗ ਕਰਦਾ ਹੈ ਕਿਉਂਕਿ ਇਸ ਗੱਲ ਦਾ ਸ਼ੱਕ ਹੁੰਦਾ ਹੈ ਕਿ ਰੋਗੀ ਡੀਹਾਈਡਰੇਸ਼ਨ ਜਾਂ ਮਲ ਨਿਊਟ੍ਰੀਸ਼ਨ ਦਾ ਸ਼ਿਕਾਰ ਨਾ ਹੋ ਜਾਏ ਜਾਂ ਨਿਰਾਸ਼ਤਾ ਦਾ ਸ਼ਿਕਾਰ ਹੋ ਕੇ ਆਤਮ ਹੱਤਿਆ ਵੱਲ ਪ੍ਰੇਰਿਤ ਨਾ ਹੋ ਜਾਏ ਜਿਵੇਂ ਕਿ ਬੜੋਦਾ ਦੇ ਜਤेंद्र ਦੇ ਨਾਲ ਹੋਇਆ ਸੀ ਜਤेंद्र ਇੱਕ ਮਲਟੀ ਨੈਸ਼ਨਲ ਕੰਪਨੀ 'ਚ ਵਧੀਆ ਅਹੁਦੇ ਤੇ ਬਿਰਾਜਮਾਨ ਸੀ ਪਿਛਲੇ ਸਮੇਂ ਮਾਰਕੀਟ ਚਾਈ ਮੰਦੀ ਦੇ ਕਾਰਨ ਉਹਦੀ ਨੌਕਰੀ ਚਲੀ ਗਈ ਤੇ ਉਹ ਡਿਪਰੈਸ਼ਨ 'ਚ ਚਲਾ ਗਿਆ ਉਹਦਾ ਕਿਸੇ ਵੀ ਕੰਮ 'ਚ ਮਨ ਨਹੀਂ ਲੱਗਦਾ ਸਾਰਾ ਸਾਰਾ ਦਿਨ ਜਾਂ ਤਾਂ ਇੱਕ ਹੀ ਜਗ੍ਹਾ ਤੇ ਬੈਠਾ ਰਹਿੰਦਾ ਹੈ ਤੇ ਜਾਂ ਫਿਰ ਬਿਸਤਰੇ ਤੇ ਪਿਆ ਰਹਿੰਦਾ ਹੈ ਕਦੇ-ਕਦੇ ਉਹ ਖਾਣਾ ਹੀ ਨਹੀਂ ਖਾਂਦਾ ਤੇ ਸਿਗਰਟ ਤੇ ਸਿਗਰਟ ਫੂਕਦਾ ਰਹਿੰਦਾ ਹੈ। ਹੌਲੀ-ਹੌਲੀ ਉਹ ਨੀਂਦ ਦੇ ਦਾ ਸ਼ਿਕਾਰ ਵੀ ਹੋ ਗਿਆ। ਉਹਦੀ ਸਥਿਤੀ ਕੁਝ ਇਸ ਤਰ੍ਹਾਂ ਹੋ ਗਈ। ਰਾਤ 3:30 ਤੇ ਉਹਦੀ ਨੀਂਦ ਖੁੱਲ ਜਾਂਦੀ ਤੇ ਉਹਨੂੰ ਮਹਿਸੂਸ ਹੁੰਦਾ ਹੈ ਕਿ ਉਹਦਾ ਸਾਰਾ ਸਰੀਰ ਟੁੱਟਦਾ ਜਾ ਰਿਹਾ ਹੈ। ਸਮਾਂ ਬਿਤਾਉਣ ਦੇ ਲਈ ਉਹ ਟੀਵੀ ਔਨ ਕਰਦਾ ਹੈ ਪਰ 10 ਮਿੰਟ ਦੇ ਅੰਦਰ-ਅੰਦਰ ਬੰਦ ਕਰ ਦਿੰਦਾ ਹੈ। ਤੇ ਨੇੜੇ ਪਈ ਕਿਤਾਬ ਦੇ ਪੰਨੇ ਪਲਟਣੇ ਸ਼ੁਰੂ ਕਰ ਦਿੰਦਾ ਹੈ। ਪਰ ਤੁਰੰਤ ਯੱਕ ਕੇ ਉਹਨੂੰ ਇੱਕ ਕੋਨੇ 'ਚ ਛੁੱਟ ਦਿੰਦਾ ਹੈ। ਬੇਚੈਨੀ ਦੂਰ ਕਰਨ ਲਈ ਉੱਠ ਕੇ ਪਾਣੀ ਪੀਂਦਾ ਹੈ। ਕਮਰੇ 'ਚ ਤੁਰਨਾ ਫਿਰਨਾ ਸ਼ੁਰੂ ਕਰ ਦਿੰਦਾ ਹੈ। ਥੋੜੀ ਦੇਰ ਬਾਅਦ ਉਹ ਫੇਰ ਤੋਂ ਆ ਕੇ ਬਿਸਤਰੇ 'ਤੇ लेट ਜਾਂਦਾ ਹੈ ਤੇ ਸੌਣ ਦੀ ਕੋਸ਼ਿਸ਼ ਕਰਦਾ ਹੈ। ਪਰ نیند ਉਹਦੀਆਂ ਅੱਖਾਂ ਤੋਂ ਕੋਹਾਂ ਦੂਰ ਚਲੀ ਜਾਂਦੀ ਹੈ ਤੇ ਬੇਚੈਨੀ ਨਾਲ ਬਿਸਤਰੇ 'ਚ ਪਾਸੇ ਮਾਰਦਾ। ਸਵੇਰ ਹੋਣ ਦੀ ਉਡੀਕ ਕਰਦਾ। ਸਵੇਰ ਹੁੰਦੀ ਹੈ ਤਾਂ ਜਤਿੰਦਰ ਸੌਣ ਦੀ ਕੋਸ਼ਿਸ਼ ਕਰਦਾ ਹੈ ਪਰ نیند ਆਉਣ ਦੀ ਬਜਾਏ ਉਦੇ ਮਨ ਅੰਦਰ ਵਿਚਾਰਾਂ ਦੀਆਂ ਲੜੀਆਂ ਸ਼ੁਰੂ ਹੋ ਜਾਂਦੀਆਂ ਜਿਵੇਂ-ਜਿਵੇਂ ਦਿਨ ਬੀਤਦਾ ਜਾਂਦਾ ਜਤਿੰਦਰ ਕੁਝ ਬਿਹਤਰ ਮਹਿਸੂਸ ਕਰਦਾ ਹੈ ਜਿਉਂ-ਜਿਉਂ ਸ਼ਾਮ ਹੁੰਦੀ ਜਾਂਦੀ ਹੈ ਉਹ ਆਪਣੇ ਆਪ ਨੂੰ ਵਧੀਆ ਮਹਿਸੂਸ ਕਰਨ ਲੱਗਦਾ ਹੈ ਉਹ ਕੁਝ ਖਾਂਦਾ ਹੈ ਜਾਂ ਚਾਹ ਪੀਂਦਾ ਹੈ ਤੇ ਕੱਪੜੇ ਵੀ ਬਦਲ ਲੈਂਦਾ ਹੈ ਭਾਵੇਂ ਉਹਦੀ ਸ਼ਾਮ ਉਤਸ਼ਾਹਪ੍ਰੀ ਨਹੀਂ ਹੁੰਦੀ ਪਰ ਸਵੇਰ ਦੀ ਤੁਲਨਾ ਵਿੱਚ ਬਿਹਤਰ ਹੁੰਦੀ ਹੈ ਰਾਤ ਨੂੰ ਉਹ ਬਿਸਰੇ ਤੇ लेट ਜਾਂਦਾ ਤੇ ਸਵੇਰੇ ਫੇਰ ਉਸ ਦੀ 3:30 ਵਜੇ ਨੀਂਦ ਖੁੱਲ ਜਾਂਦੀ ਹੈ ਫੇਰ ਤੋਂ ਨਾ ਤਕਲੀਫਾਂ ਚ ਘਿਰ ਜਾਂਦਾ ਜਤਿੰਦਰ ਦਾ ਉਪਰੋਕਤ ਅਵਸਥਾ ਵਿੱਚੋਂ ਗੁਜ਼ਰਨਾ ਮੈਲੈਂਕੋਲਿਕ ਡਿਪਰੈਸ਼ਨ ਦੀ ਇੱਕ ਸਜੀਵ ਉਦਾਹਰਣ ਹੈ ਡਾਕਟਰ ਉਹਦੀ ਇਸ ਅਵਸਥਾ ਦਾ ਇਲਾਜ ਐਂਟੀ ਡਿਪਰੈਸੈਂਟ ਦਵਾਈਆਂ ਨਾਲ ਕਰਨ ਦੀ ਕੋਸ਼ਿਸ਼ ਕਰਦੇ ਹਨ ਇਸ ਅਵਸਥਾ ਵਿੱਚ ਸਾਈਕੋਥੈਰੇਪੀ کارਗਰ ਹੁੰਦੀ ਨਜ਼ਰ ਨਹੀਂ ਆਉਂਦੀ ਕਿਉਂਕਿ ਪਹਿਲਾਂ ਤੋਂ ਹੀ ਉਦਾਸੀ ਦੇ ਪਵਰਜਾਲ ਚ ਉਲਝਿਆ ਜਤਿੰਦਰ ਸਾਈਕੋਥੈਰੇਪੀ ਨੂੰ ਉਹ ਸਮਝਦਾ ਹੈ ਤੇ ਉਹਦੀਆਂ ਮੁਸ਼ਕਲਾਂ ਘਟਣ ਦੀ ਬਜਾਏ ਵਧਦੀਆਂ ਨਜ਼ਰ ਆਉਂਦੀਆਂ ਜਤਿੰਦਰ ਉੱਪਰ ਐਂਟੀ ਡਿਪਰੈਸੈਂਟ ਦਵਾਈਆਂ ਦਾ ਅਸਰ ਲਗਭਗ 3 ਹਫ਼ਤਿਆਂ ਬਾਅਦ ਨਜ਼ਰ ਆਉਣਾ ਲੱਗਦਾ ਹੈ ਤੇ ਉਹ ਪਹਿਲਾਂ ਤੋਂ ਜ਼ਿਆਦਾ ਸਕੂਨ ਮਹਿਸੂਸ ਕਰਦਾ ਹੈ ਹੁਣ ਉਹਨੂੰ ਨੀਂਦ ਵੀ ਪਹਿਲਾਂ ਨਾਲੋਂ ਵਧੀਆ ਆਉਣ ਲੱਗ ਪੈਂਦੀ ਹੈ 3 ਮਹੀਨੇ ਬਾਅਦ ਜਤਿੰਦਰ ਦੀ ਸਥਿਤੀ 'ਚ 70% ਸੁਧਾਰ ਹੋ ਜਾਂਦਾ ਹੈ ਤੇ ਉਹਦੇ ਉਹਦਾ ਡਾਕਟਰ ਉਹਦੀ ਸਿਹਤ ਵਿੱਚ ਸੁਧਾਰ ਹੋਣ ਤੱਕ ਐਂਟੀ ਡਿਪਰੈਸੈਂਟ ਦਵਾਈਆਂ ਜਾਰੀ ਰੱਖਣ ਦਾ ਫੈਸਲਾ ਕਰਦੇ ਹਨ ਤੇ ਨਾਲ ਹੀ ਸਾਈਕੋਥੈਰੇਪੀ ਲਈ ਵੀ ਉਹਨੂੰ ਸਹਿਮਤ ਕਰ ਲੈਂਦੇ ਹਨ ਤਾਂ ਕਿ ਉਹ ਭਵਿਕ ਵਿੱਚ ਆਉਣ ਵਾਲੇ ਉਤਰਾਵਾਂ ਚੜਾਵਾਂ ਨਾਲ ਨਜਿੱਠਣ ਦੇ ਲਈ ਤਿਆਰ ਹੋ ਜਾਏ ਜਤਿੰਦਰ ਦੀ ਉਦਾਹਰਣ ਤੋਂ ਅਸੀਂ ਸਮਝ ਸਕਦੇ ਹਾਂ ਕਿ ਮੈਲੈਂਕੋਲਿਕ ਡਿਪਰੈਸ਼ਨ ਵਿੱਚ ਇਲਾਜ ਦੀ ਸ਼ੁਰੂਆਤ ਐਂਟੀ ਡਿਪਰੈਸੈਂਟ ਦਵਾਈਆਂ ਨਾਲ ਕਰਨਾ ਹੀ ਠੀਕ ਹੁੰਦਾ ਹੈ ਤਾਂ ਕਿ ਰੋਗੀ ਜਲਦੀ ਠੀਕ ਹੋ ਸਕੇ ਜ਼ਰੂਰਤ ਪੈਣ ਤੇ ਸਾਈਕੋਥੈਰੇਪੀ ਸੀਬੀਟੀ ਸ਼ੁਰੂ ਕੀਤੀ ਜਾ ਸਕਦੀ ਹੈ। ਜ਼ਿਆਦਾ ਡਿਪਰੈਸਡ ਰੋਗੀਆਂ ਜਾਂ ਆਤਮ ਹੱਤਿਆ ਬਾਰੇ ਸੋਚਣ ਜਾਂ ਜੈ ਰੋਗੀਆਂ ਦੇ ਮਾਮਲਿਆਂ 'ਚ ਜਿਨ੍ਹਾਂ 'ਚ ਵੱਖ-ਵੱਖ ਸ਼੍ਰੇਣੀ ਦੀ ਐਂਟੀਡਿਪਰੈਸੈਂਟ ਦਵਾਈਆਂ ਕਾਰਗਰ ਨਹੀਂ ਹੁੰਦੀਆਂ ਤੁਰੰਤ ਲਾਭ ਲਈ ਡਾਕਟਰ ਵੱਲੋਂ ਇਸੀ ਟੀ ਦੀ ਚੋਣ ਕੀਤੀ ਜਾ ਸਕਦੀ ਹੈ। ਡਿਪਰੈਸ਼ਨ ਵਿੱਚ ਐਟਿਪੀਕਲ ਫੀਚਰ ਮੈਲੈਂਕੋਲਿਕ ਡਿਪਰੈਸ਼ਨ ਦੀ ਤੁਲਨਾ 'ਚ ਐਟਿਪੀਕਲ ਡਿਪਰੈਸ਼ਨ ਕੁਝ ਅਲੱਗ ਤਰ੍ਹਾਂ ਨਾਲ ਹੁੰਦਾ ਹੈ ਇਸ ਨਾਲ ਪੀੜਤ ਵਿਅਕਤੀ ਆਲੇ-ਦੁਆਲੇ ਦੀਆਂ ਨਕਾਰਾਤਮਕ ਜਾਂ ਸਕਾਰਾਤਮਕ ਪ੍ਰਸਥਿਤੀਆਂ ਤੋਂ ਪ੍ਰਭਾਵਿਤ ਹੋ ਜਾਂਦਾ ਹੈ ਇੱਕ ਵਧੀਆ ਫਿਲਮ ਦੇਖਣ ਤੋਂ ਬਾਅਦ ਜਾਂ ਦੋਸਤਾਂ ਨਾਲ ਆਊਟਿੰਗ ਤੇ ਜਾਣ ਤੋਂ ਬਾਅਦ ਉਹਦਾ ਮੂਡ ਪਰਫੁੱਲਟ ਹੋ ਜਾਂਦਾ ਹੈ ਉੱਥੇ ਦੂਸਰੇ ਪਾਸੇ ਜਿਉਂ ਹੀ ਉਹ ਇਕੱਲਾ ਹੁੰਦਾ ਹੈ ਫਿਰ ਤੋਂ ਉਹਦੀ ਸਥਿਤੀ ਪਹਿਲਾਂ ਵਾਲੀ ਹੋ ਜਾਂਦੀ ਹੈ ਇਸ ਤਰ੍ਹਾਂ ਦਾ ਡਿਪਰੈਸ਼ਨ ਹੋਣ ਦੇ ਕਾਰਨਾਂ ਵਿੱਚ ਆਪਣੇ ਕਿਸੇ ਪਿਆਰੇ ਦਾ ਵਿਛੜਨਾ ਪਿਆਰ ਚ ਸਫਲਤਾ ਕੰਮ ਕਰਨ ਵਾਲੀ ਥਾਂ ਜਾਂ ਆਫਿਸ ਵਿੱਚ ਆਪਣੇ ਸੀਨੀਅਰ ਅਧਿਕਾਰੀ ਨਾਲ ਗਹਿਰੀ ਝੜਪ ਜਾਂ ਸਬੰਧਾਂ 'ਚ ਕੜਵੜਾ ਹਟਕਾਰਨ ਪੈਦਾ ਹੋਈ ਨਿਰਾਸ਼ਾ ਹੋ ਸਕਦੀ ਹੈ ਮੈਲੈਂਕੋਲਿਕ ਡਿਪਰੈਸ਼ਨ ਜਿਸ ਤੋਂ ਰੋਗੀ ਨੂੰ ਭੁੱਖ ਨਾ ਲੱਗਣ ਦੇ ਕਾਰਨ ਵਜ਼ਨ ਘਟਣ ਲੱਗਦਾ ਹੈ ਉਹ ਨੀਂਦਰੇ ਦਾ ਸ਼ਿਕਾਰ ਹੋ ਜਾਂਦਾ ਹੈ ਦੇ ਉਲਟ ਐਟਿਪੀਕਲ ਡਿਪਰੈਸ਼ਨ ਵਿੱਚ ਪੀੜਤ ਵਿਅਕਤੀ ਜ਼ਰੂਰਤ ਤੋਂ ਜ਼ਿਆਦਾ ਭੋਜਨ ਕਰਨ ਲੱਗਦਾ ਹੈ ਨੀਂਦ ਵੀ ਉਹਨੂੰ ਕਾਫੀ ਜ਼ਿਆਦਾ ਹੁੰਦੀ ਹੈ ਸਿੱਟੇ ਵੱਜੋਂ ਉਹਦਾ ਵਜ਼ਨ ਵੀ ਵੱਜ ਜਾਂਦਾ ਹੈ ਐਥੀਪੀਕਲ ਡਿਪਰੈਸ਼ਨ ਦਾ ਰੋਗੀ ਆਪਣੇ ਆਪ ਨੂੰ ਅਕਸਰ ਹੀ ਥੱਕਿਆ ਟੁੱਟਿਆ ਜਿਹਾ ਮਹਿਸੂਸ ਕਰਦਾ ਹੈ ਤੇ ਉਹਦੀ ਇੱਛਾ ਇਹ ਹੁੰਦੀ ਹੈ ਕਿ ਬਿਸਤਰ ਤੇ ਹੀ ਪਿਆ ਰਹੇ ਕੁਝ ਰੋਗੀ ਇਸ ਅਵਸਥਾ 'ਚ ਜ਼ਿਆਦਾ ਚਾਕਲੇਟ ਖਾਣਾ ਪਸੰਦ ਕਰਨ ਲੱਗਦੇ ਹੈ ਜੱਪਲਪੁਰ ਦੀ ਮੋਨਿਕਾ ਕੁਝ ਇਸੇ ਤਰ੍ਹਾਂ ਦੇ ਡਿਪਰੈਸ਼ਨ ਤੋਂ ਪੀੜਤ ਰਹਿ ਚੁੱਕੀ ਹੈ ਭਰੇ ਭਕੁੰਨੇ ਪਰਿਵਾਰ ਚੋਂ ਆਈ ਮੋਨਿਕਾ ਸ਼ਾਦੀ ਤੋਂ ਬਾਅਦ ਇਹ ਦੌਰ ਆ ਗਿਆ ਦਾ ਪਤੀ ਰੰਜਨ ਇੱਕ ਮਲਟੀਨੈਸ਼ਨਲ ਕੰਪਨੀ 'ਚ ਚੰਗੇ ਅਹੁਦੇ ਤੇ ਕੰਮ ਕਰਦਾ ਸੀ। ਵਿਆਹ ਤੋਂ 4 ਸਾਲ ਬਾਅਦ ਤੱਕ ਵੀ ਮੋਨਿਕਾ ਤੇ ਰੰਜਨ ਦੇ ਘਰ ਕੋਈ ਸੰਤਾਨ ਪੈਦਾ ਨਾ ਹੋਈ। ਹਾਲਾਂਕਿ ਇਸ ਗੱਲ ਨੂੰ ਉਹਨਾਂ ਨੇ ਕਦੀ ਵੀ ਗੰਭੀਰਤਾ ਨਾਲ ਨਹੀਂ ਸੀ ਲਿਆ। ਨਾ ਹੀ ਇਹਦਾ ਕੋਈ ਇਲਾਜ ਕਰਵਾਇਆ। ਰੰਜਨ ਨੂੰ ਆਪਣੇ ਕੰਮ ਦੇ ਸਿਲਸਿਲੇ 'ਚ ਜ਼ਿਆਦਾਤਰ ਬਾਹਰ ਹੀ ਰਹਿਣਾ ਪੈਂਦਾ ਸੀ ਤੇ ਮੋਨਿਕਾ ਅਕਸਰ ਘਰ ਇਕੱਲੀ ਰਹਿੰਦੀ ਸੀ। ਉਸ ਕੋਲ ਕਰਨ ਲਈ ਕੋਈ ਜ਼ਿਆਦਾ ਕੰਮ ਵੀ ਨਹੀਂ ਸੀ। ਇਸ ਲਈ ਉਹਨੂੰ ਇੱਕ ਕੱਲਾਪਣ ਖਾਣ ਨੂੰ ਆਉਂਦਾ ਸੀ ਇਕੱਲੇਪੇ ਚ ਰਹਿੰਦੇ ਹੋਏ ਮੋਨਿਕਾ ਨੂੰ ਉਦਾਸਾਦ ਦੇ ਮਤਲਬ ਉਦਾਸੀੰਤਾ ਦੇ ਦੌਰੇ ਪੈਣ ਲੱਗੇ ਜਦੋਂ ਵੀ ਉਹਦਾ ਪਤੀ ਜਾਂ ਘਰ ਦਾ ਕੋਈ ਹੋਰ ਮੈਂਬਰ ਮੋਨਿਕਾ ਕੋਲ ਹੁੰਦਾ ਉਹ ਠੀਕ ਹੋ ਜਾਂਦੀ ਪਰ ਉਹਨਾਂ ਦੇ ਜਾਂਦੇ ਹੀ ਫਿਰ ਤੋਂ ਉਹਦੀ ਹਾਲਤ ਉਸੇ ਤਰ੍ਹਾਂ ਦੀ ਹੋ ਜਾਂਦੀ ਮੋਨਿਕਾ ਨੇ ਜਦੋਂ ਆਪਣੀ ਇਸ ਸਮੱਸਿਆ ਬਾਰੇ ਆਪਣੇ ਭਰਾ ਨਾਲ ਫੋਨ ਤੇ ਗੱਲਬਾਤ ਕੀਤੀ ਤਾਂ ਉਹਨੇ ਇਸ ਮਸਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਰੰਜਨ ਨੇ ਉਸਨੂੰ ਸਲਾਹ ਦਿੱਤੀ ਕਿ ਮੋਨਿਕਾ ਨੂੰ ਜਲਦੀ ਤੋਂ ਜਲਦੀ ਕਿਸੇ ਚੰਗੇ ਡਾਕਟਰ ਨੂੰ ਦਿਖਾਇਆ ਜਾਵੇ। ਥੋੜੀ ਜਿਹੀ ਨਨੁਕਰ ਤੋਂ ਬਾਅਦ ਰੰਜਨ ਤਿਆਰ ਹੋ ਗਿਆ। ਇਲਾਜ ਸ਼ੁਰੂ ਕਰਨ ਤੋਂ ਕੁਝ ਦਿਨ ਬਾਅਦ ਮੋਨਿਕਾ 'ਚ ਕਾਫੀ ਪਰਿਵਰਤਨ ਦਿਖਾਈ ਦੇਣ ਲੱਗਾ। ਇਸ ਤੋਂ ਬਾਅਦ ਉਹਨੇ ਆਪਣੇ ਘਰ ਇੱਕ ਪਾਮੇਰੀਅਨ ਨਸਲ ਦਾ ਕੁੱਤਾ ਪਾਲ ਲਿਆ ਤੇ ਨਾਲ ਹੀ ਪੇਂਟਿੰਗ ਤੇ ਸੈਰਮਿਕ ਆਟੀਆਂ ਕਲਾਸਾਂ ਜੁਆਇਨ ਕਰ ਲਈਆਂ ਤੇ ਆਪਣੇ ਆਪ ਨੂੰ ਸਿਰਜਣਾਤਮਕ ਕੰਮਾਂ ਵਿੱਚ ਲਗਾ ਲਿਆ। ਆਓ ਹੁਣ ਦੇਖਦੇ ਹਾਂ ਕਿ ਇਸ ਤਰ੍ਹਾਂ ਦੇ ਡਿਪਰੈਸ਼ਨ ਦਾ ਇਲਾਜ ਡਾਕਟਰ ਕਿਸ ਤਰ੍ਹਾਂ ਕਰਦੇ ਹੈ ਡਾਕਟਰਾਂ ਦੇ ਮੰਨੀਏ ਤਾਂ ਐਫਟਿਕਲ ਡਿਪਰੈਸ਼ਨ ਦੇ ਇਲਾਜ ਲਈ ਵਕਫ ਵਕਫ ਦਵਾਈਆਂ ਕਾਰਗਰ ਹੁੰਦੀਆਂ ਹਨ ਪਰ ਐਸਐਸਆਰਆਈ ਸ਼੍ਰੇਣੀ ਦੀਆਂ ਐਂਟੀਡਿਪਰੈਸੈਂਟ ਦਵਾਈਆਂ ਡਾਕਟਰਾਂ ਲਈ ਸੌਲਬ ਤੇ ਕਾਰਗਰ ਇਲਾਜ ਡਰੱਗ ਆਫ ਚੁਆਇਸ ਹੁੰਦੀਆਂ ਹਨ ਹਾਲਾਂਕਿ ਇਸ ਸਥਿਤੀ ਵਿੱਚ ਸਾਈਕੋਥੈਰੇਪੀ ਵੀ ਕਾਰਗਰ ਸਿੱਧ ਹੋ ਸਕਦੀ ਹੈ ਧੰਨਵਾਦ